ਖੜਕਾ ਸੈਨਾ ਪੰਜਾਬ ਨੇ ਅਪਰਾ ਚ ਰਵਨੀਤ ਬਿੱਟੂ ਦਾ ਪੁਤਲਾ ਫੂਕਿਆ। ਕਾਂਗਰਸੀ MP ਰਵਨੀਤ ਬਿੱਟੂ ਵੱਲੋਂ ਦਲਿਤਾਂ ਪ੍ਰਤੀ ਗਲਤ ਸ਼ਬਦਾਵਲੀ ਵਰਤੇ ਜਾਣ ਤੇ ਭਾਈਚਾਰੇ ਵਿੱਚ ਖਾਸਾ ਰੋਸ ਪਾਇਆ ਜਾ ਰਿਹਾ ਹੈ। ਅੱਜ ਅੰਬੇਦਕਰ ਸੈਨਾ ਪੰਜਾਬ ਤਹਿਸੀਲ ਫਿਲੌਰ ਵੱਲੋਂ ਕਸਬਾ ਅਪਰਾ ਚ ਦੁਰਗਾ ਮਾਤਾ ਮੰਦਿਰ ਚੌਂਕ ਚ ਤਹਿਸੀਲ ਪ੍ਰਧਾਨ ਦੀਪਕ ਰਸੂਲਪੁਰੀ ਤੇ ਮਨੋਜ ਲੋਈ ਦੀ ਸਾਂਝੀ ਅਗਵਾਈ ਚ ਸੈਂਕੜੇ ਵਰਕਰਾਂ ਨੇ ਰਵਨੀਤ ਬਿੱਟੂ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਦੀਪਕ ਰਸੂਲਪੁਰੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਵਨੀਤ ਬਿੱਟੂ ਖਿਲਾਫ਼ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਆਪਸੀ ਭਾਈਚਾਰਕ ਸਾਂਝ ਤੋੜਨ ਦੀ ਕੋਸ਼ਿਸ਼ ਕਰਨ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਅੱਜ ਦੇ ਰੋਜ਼ ਮੁਜ਼ਾਹਰੇ ਵਿੱਚ ਮਨੋਜ ਲੋਈ ਚੇਅਰਮੈਨ, ਸੰਜੀਵ ਕਾਦਰੀ ਬਲਾਕ ਪ੍ਰਧਾਨ, ਡਾਕਟਰ ਰਾਣਾ ਬਲਾਕ ਪ੍ਰਧਾਨ, ਬਲਵਿੰਦਰ ਕੁਮਾਰ ਪ੍ਰਧਾਨ ਅਪਰਾ, ਦਿਲਾਵਰ ਬਸਰਾ ਵਾਈਸ ਪ੍ਰਧਾਨ, ਹਨੀ ਕੈਸ਼ੀਅਰ, ਜਸਵੰਤ ਕੈਸ਼ੀਅਰ, ਮਨਪ੍ਰੀਤ ਮੰਨਾ ਬਲਾਕ ਪ੍ਰਧਾਨ, ਹੈਪੀ ਰਿੱਕੂ ਅਪਰਾ, ਕੁਲਦੀਪ ਮੰਡੀ, ਸੋਨੂ ਕਲੇਰ ਮੰਡੀ, ਸੁਰਿੰਦਰ ਅਪਰਾ, ਸ਼ਿੰਦਰਪਾਲ ਅਪਰਾ, ਸੋਨੂ ਬਾਬਾ ਹਲਵਾਈ ਅਪਰਾ, ਡਾਕਟਰ ਸੂਰਜ ਅਪਰਾ, ਸਟੀਫਨ ਰਹਿਪਾ, ਬਰਸ਼ੀਆ, ਸੇਵਕ ਬਲਰਾਜ, ਪਰਮਜੀਤ ਕੌਰ, ਸਰਬਜੀਤ, ਜਸਮੀਨ, ਤਾਰੋ, ਬੀਬੀ ਦੀਪੋ, ਬਲਬੀਰ ਕੌਰ, ਜੋਗਿੰਦਰ ਜੰਨਤ, ਸੁਖਦੀਪ ਅਪਰਾ, ਪ੍ਰੇਮਾਨ, ਡਿੰਪੀ ਮੰਡੀ, ਕਾਲਾ ਟਿੱਕੀਆਂ ਵਾਲਾ, ਸਤਪਾਲ ਪੇਟੀਆਂ ਵਾਲਾ ਆਦਿ ਹਾਜ਼ਰ ਸਨ। ਸ਼ਾਹ ਨਿਊਜ਼ ਤੋਂ ਕੈਮਰਾਮੈਨ ਡਿੰਪਲ ਦੇ ਨਾਲ ਅਜੇ ਸਿੰਘ ਨਾਗੀ ਦੀ ਰਿਪੋਰਟ। ਅੱਜ ਅੰਬੇਦਕਰ ਸੈਨਾ ਪੰਜਾਬ ਤਹਿਸੀਲ ਫਿਲੌਰ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਆਲਿਆ ਰਾਣਾ ਅਤੇ ਸੰਜੀਵ ਕਾਦਰੀ ਦੀ ਅਗਵਾਈ ਵਿੱਚ ਅਤੇ ਸ਼੍ਰੀ ਮਨੋਜ ਲੋਈ ਚੇਅਰਮੈਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਇੱਕ ਬੜਾ ਮੱਧਭਾਗਾ ਜਿਹੜਾ ਬਿਆਰ ਹੈ ਕਾਂਗਰਸੀ ਮੁੰਡੇ ਰਵਨੀਤ ਬਿੱਟੂ ਵੱਲੋਂ ਆਇਆ। ਉੱਧਰੇ ਸਾਡੇ ਜਿਹੜੇ ਐਸੀ ਸਮਾਜ ਲਈ ਬੜੀ ਭੱਦੀ ਜਿਹੜੀ ਸ਼ਬਦਾਵਲੀ ਬੋਲੀ ਆ ਉਹਦੇ ਵਿੱਚ ਉਹਨੇ ਕਿਹਾ ਵੀ ਸ਼੍ਰੀ ਤਖ਼ਤ ਸ਼੍ਰੀ ਜਿਹੜੀ ਆ ਅਨੰਦਪੁਰ ਸਾਹਿਬ ਔਰ ਚਮਕੌਰ ਸਾਹਿਬ ਤੋਂ ਜਿਹੜੀਆਂ ਐਸੀ ਸਮਾਜ ਨੂੰ ਜਿਹੜੀਆਂ ਬਹੁਜਨ ਸਮਾਜ ਪਾਰਟੀ ਦੇ ਸਮਝੌਤੇ ਅੰਦਰ ਸੀਟਾਂ ਆਈਆਂ ਉਹ ਜਿਹੜੀਆਂ ਸੀਟਾਂ ਜਦੋਂ ਆਈਆਂ ਤਾਂ ਉਹਨਾਂ ਦੇ ਜਿਹੜਾ ਸੀਟਾਂ ਲੜਨ ਲਈ ਕੈਂਡੀਡੇਟ ਜਿਹੜੇ ਆ ਉਹ ਐਸੀ ਸਮਾਜ ਨਾਲ ਸੰਬੰਧਿਤ ਆ ਅਤੇ ਉਹਨੇ ਕਿਹਾ ਵੀ ਇਹ ਸੀਟਾਂ ਉਹਨਾਂ ਦੇ ਲੜਨ ਨਾਲ ਇਹ ਜਿਹੜੀ ਜਗ੍ਹਾ ਆ ਧਾਰਮਿਕ ਸਥਾਨ ਆ ਉਹ ਅਪਵਿੱਤਰ ਹੋ ਗਿਆ। ਇਸ ਕਰਕੇ ਇਹਨਾਂ ਕਾਂਗਰਸੀ ਗੁੰਡਿਆਂ ਦੇ ਨਿਗਾਹ ਦੇ ਵਿੱਚ ਸਾਡੇ ਸਮਾਜ ਦੇ ਲੋਕ ਜਿਹੜੇ ਅੱਜ IPS IAS ਜਿਹੜੇ ਅਫਸਰ ਬਣ ਕੇ ਵੀ ਛੂਤ ਇਹਨਾਂ ਦੀ ਨਿਗਾਹ ਦੇ ਵਿੱਚ ਅਨਟੱਚਬਲੀ ਲੋਕ ਆ ਛੂਤਾਂ ਦੀ ਨਿਗਾਹ ਨਾਲ ਜਿਹੜਾ ਸਦੀਆਂ ਤੋਂ ਸਾਡੇ ਜਿਹੜਾ ਵਿਚਕਰਾ ਹੁੰਦਾ ਆ ਉਹ ਜਗ ਜਾਹਰਤ ਆਪਣੀ ਸਦੀ ਮਾਨਸਿਕਤਾ ਜਿਹੜੀ ਉਹ ਜਗ ਜਾਹਰਤ ਕਰਦੀ ਆ। ਇਸ ਕਰਕੇ ਅਸੀਂ ਅੰਬੇਦਕਰ ਸੈਨਾ ਪੰਜਾਬ ਨੇ ਇਹਦਾ ਸਖ਼ਤ ਵਿਰੋਧ ਕੀਤਾ ਅਤੇ ਮੰਗ ਕੀਤੀ ਆ ਅਸੀਂ ਪੂਰੇ ਸਮੁੱਚੇ ਸਮਾਜ ਵੱਲੋਂ ਵੀ ਇਹਦੇ ਉੱਤੇ ਐਸੀ ਐਕਟ ਜਿਹੜਾ ਅਧੀਨ ਜਿਹੜਾ ਪਰਚਾ ਦਰਜ ਕਰਕੇ ਨਾਲ ਹੀ ਜਿਹੜਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ 295 ਧਾਰਾਵਾਂ ਤਹਿਤ ਉੱਤੇ ਸਖ਼ਤ ਜਿਹੜਾ ਪਰਚਾ ਕੀਤਾ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦੇ ਕੇ ਇਹਦੀ ਜਿਹੜੀ ਜਗ੍ਹਾ ਬਣਦੀ ਆ ਉਹ ਦੇਸ਼ ਦੀ ਪਾਰਲੀਮੈਂਟ 'ਚ ਨਹੀਂ ਇਹੋ ਜਿਹੇ ਗੰਦੀ ਮਾਨਸਿਕਤਾ ਦੇ ਲੋਕ ਦੇਸ਼ ਦੀ ਪਾਰਲੀਮੈਂਟ 'ਚ ਰਹਿਣ ਦੇ ਕਾਬਲ ਨਹੀਂ। ਇਸ ਬੰਦੇ ਦੀ ਜਿਹੜੀ ਬਣਦੀ ਜਗ੍ਹਾ ਆ ਇਹਨੂੰ ਜਿਹੜੀ ਆ ਸਲਾਖਾਂ ਦੇ ਪਿੱਛੇ ਉਹਦੀ ਜੇਲ੍ਹ 'ਚ ਹੋਣੀ ਚਾਹੀਦੀ ਆ। ਅਸੀਂ ਇਸ ਕਾਂਗਰਸੀ ਗੁੰਡੇ ਦਾ ਕਾਂਗਰਸੀ MP ਰਵਨੀਤ ਬਿੱਟੂ ਦਾ ਸਖ਼ਤ ਸ਼ਬਦਾਂ ਦੇ ਜਿਹੜੇ ਦਿੱਤੇ ਬਿਆਨ ਦੀ ਨਿਖੇਧੀ ਕਰਦੇ ਹਾਂ ਨਾਲ ਹੀ ਨਾਲ ਆਪਣੇ ਸਮਾਜ ਵੱਲੋਂ ਇਹਦਾ ਬਾਈਕਾਟ ਕਰਦੇ ਹਾਂ ਅਤੇ ਸਖ਼ਤ ਸਮਾਜ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਸਥਾਪਨਾ ਹੋਈ ਸੀ 54 ਵਰਨਾਂ ਨੂੰ ਜਿਹੜਾ ਸਾਂਝਾ ਉਪਦੇਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਵਿੱਚ ਲਿਖੇ ਹੋਏ ਬਚਨ ਆ ਸਾਂਝੀ ਵਾਰਤਾ ਦਾ ਜਿਹੜਾ ਉਪਦੇਸ਼ ਦਿੰਦਾ ਇਹਨੇ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਵੀ ਕਲੰਕਿਤ ਕੀਤਾ। ਇਸ ਕਰਕੇ ਸਿੱਖ ਜਥੇਬੰਦੀਆਂ ਤੋਂ ਅਪੀਲ ਆ ਕਿ ਇਹਦੇ 'ਤੇ ਇਹਦੇ ਖਿਲਾਫ਼ ਉੱਠੋ ਇਹਦੇ ਖਿਲਾਫ਼ ਆਵਾਜ਼ ਨੂੰ ਉਠਾਓ ਇਹਨੂੰ ਜੇਲ੍ਹ ਦੇ ਅੰਦਰਾਂ ਵਿੱਚ ਬਚਾਓ ਤਾਂ ਜੋ ਸਾਡਾ ਸਮਾਜ ਜਿਹੜਾ ਰਲ ਮਿਲ ਕੇ ਇੱਕ ਚੰਗੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮੁੱਚਾ ਜਿਹੜਾ ਸਮਾਜ ਆ ਮਾਨਸ ਕੀ ਜਾਤ ਸਭੇ ਏਕੇ ਪਹਿਚਾਣ ਵਾਲਾ ਆਪਾਂ ਦੇਸ਼ ਬਣਾ ਸਕੀਏ ਉਹ ਸਿਧਾਂਤ 'ਤੇ ਚੱਲ ਸਕੀਏ। ਸੋ ਅੱਜ ਅੰਬੇਦਕਰ ਸੈਨਾ ਪੰਜਾਬ ਵੱਲੋਂ ਤਹਿਸੀਲ ਫਿਲੌਰ ਦੀ ਅਗਵਾਈ ਵਿੱਚ ਜਿਹੜਾ ਇਹ ਧਰਨਾ
ਜਿਹੜਾ ਉਹਦਾ ਕੀਤਾ ਗਿਆ ਅਤੇ ਉਸਦਾ ਪੁਤਲਾ ਫੂਕਿਆ ਗਿਆ। ਸੋ ਅਸੀਂ ਸਾਰੇ ਸ਼ਬਦਾਂ ਦੇ ਇਸ ਉੱਤੇ ਬਿਆਨ ਨਿਖੇਧੀ ਕਰਦੇ ਹਾਂ। ਜੈ ਭੀਮ, ਜੈ ਪਾਤ, ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।